बापू जी गूगल बाबे दे नाम नाल तुसी मशहूर हो, नाहर सिंह तुहाडा नाम है, क्यों आखदे ने तुहानू गूगल बाबा जी? गल इन्नी होंदी है इंग्लिश दे विच वी, मान लो कोई वड्डे वड्डे जिहड़े पढ़े लिखे बी ए एम ए जिहड़ी डिग्री की चोनों भी फेल करदा है तां गूगल बाबा नूं कहिंदे आ। ਕਹਿੰਦੇ ਨੇ ਕਿ ਇਸ ਉਮਰ 'ਚ ਆ ਕੇ ਬੰਦੇ ਦੀ ਯਾਦਾਸ਼ਤ ਜਿਹੜੀ ਉਹ ਘੱਟ ਜਾਂਦੀ ਹੈ, ਤੁਹਾਡੀ ਯਾਦਾਸ਼ਤ 'ਤੇ ਕੋਈ ਫਰਕ ਨਹੀਂ ਪਿਆ? 10 ਜਮਾਤਾਂ ਤੁਸੀਂ ਪੜ੍ਹੇ ਹੋ, ਮੈਨੂੰ ਲੱਗਦਾ ਹੈ ਕਿ ਪੁਰਾਣੇ ਸਮਿਆਂ 'ਚ ਅੰਗਰੇਜ਼ੀ ਤਾਂ 6ਵੀਂ 7ਵੀਂ 'ਚ ਜਾ ਕੇ ਸ਼ੁਰੂ ਹੁੰਦੀ ਸੀ, ਫਿਰ ਅੰਗਰੇਜ਼ੀ ਜ਼ਬਾਨ ਦੇ ਨਾਲ ਵਾਸਤਾ ਕਿਵੇਂ ਪਿਆ? ਅੱਛਾ, ਜਿਹੜਾ ਅੱਜ ਦਾ ਪੰਜਾਬ, ਇਸ ਪੰਜਾਬ ਨੂੰ ਦੇਖਦੇ ਹੋ, ਕੀ ਮਹਿਸੂਸ ਕਰਦੇ ਹੋ, ਕੀ ਘਾਟ ਲੱਗਦੀ ਹੈ? ਪੰਜਾਬ ਦੇ ਲੋਕ ਮਿਹਨਤੀ ਤਾਂ ਬਹੁਤ ਆ, ਬਹਾਦਰ ਵੀ ਬਹੁਤ ਹੈ। ਇਹ ਦੱਸਾਂ, ਇਹ ਪਹਿਲਾਂ ਨਾ ਪੰਜਾਬ ਦੇ ਵਿੱਚ ਮੈਂ ਦੇਖਿਆ, ਜਿਵੇਂ ਸਾਡੇ ਟਾਈਮ ਦੀ ਗੱਲ ਕਰਦਾ, ਇਹ ਨਸ਼ੇ ਨੇ ਪੰਜਾਬ ਬਰਬਾਦ ਕਰਤਾ ਵਾਲਾ ਹੈ। ਇਹ ਹੁਣ ਪੰਜਾਬ ਜਾਣੀ ਅੱਗੇ ਵਾਲਾ ਪੰਜਾਬ ਦਾ ਨਹੀਂ ਗਿਆ, ਹੁਣ ਜਿਹੜੀ ਕੰਮ ਬਹੁਤ ਘੱਟ ਕਰਦੇ ਲੋਕ ਇੱਥੇ, ਯਾਨੀ ਇਹ ਕੰਮ ਛੱਡ ਕੇ ਪੰਜਾਬ ਦੇ ਲੋਕ ਮੈਂ ਦੇਖਿਆ ਵਾਲਾ ਨਸ਼ੇ 'ਚ ਵਾਲਾ ਵਰ ਗਏ ਪੰਜਾਬ। ਸਤਿ ਸ਼੍ਰੀ ਅਕਾਲ, ਪ੍ਰਾਈਮ ਏਸ਼ੀਆ ਟੀ ਵੀ ਦੇ ਨਾਲ ਤੁਸੀਂ ਬਣੇ ਹੋਏ ਹੋ, ਮੈਂ ਹਾਂ ਸੁੱਖ ਸੋਹਲ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਔਲੇ ਦਾ ਖਾਧਾ ਅਤੇ ਸਿਆਣੇ ਦਾ ਆਖਿਆ ਬੜੇ ਚਿਰ ਬਾਅਦ ਪਤਾ ਲੱਗਦਾ। ਸੋ ਬਿਲਕੁਲ, ਬਜ਼ੁਰਗ ਸਾਡਾ ਸਰਮਾਇਆ ਹੁੰਦੇ ਨੇ, ਅਤੇ ਪੁਰਾਣੇ ਸਮੇਂ ਦੀ ਗੱਲ ਕੀਤੀ ਜਾਵੇ, ਸਾਡੇ ਜਿਹੜੇ ਬਜ਼ੁਰਗ ਨੇ, ਸਾਡੇ ਦਾਦੇ ਪੜਦਾਦੇ ਜਿਹੜੇ ਨੇ, ਇਹਨਾਂ 5ਵੀਂ 8ਵੀਂ ਪੜ੍ਹਿਆਂ ਦੇ ਵਿੱਚ ਵੀ ਲਿਆਕਤ ਅਤੇ ਸਿਆਣਪ ਇੰਨੀ ਜ਼ਿਆਦਾ ਰਹੀ ਹੈ ਕਿ ਅੱਜ ਸਾਡੇ ਕੋਲ ਡਿਗਰੀਆਂ ਵੀ ਨੇ, ਪਰ ਇਹਨਾਂ ਵਾਲੀ ਲਿਆਕਤ ਅਤੇ ਸਿਆਣਪ ਸਾਨੂੰ ਕਿਤੇ ਵੀ ਨਹੀਂ ਲੱਭਦੀ। ਅੱਜ ਅਜਿਹੇ ਹੀ ਇੱਕ ਬਾਬੇ ਦੇ ਨਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੀ, ਜਿਨ੍ਹਾਂ ਨੂੰ ਮੋਗੇ ਜ਼ਿਲ੍ਹੇ ਦੇ ਵਿੱਚ ਗੂਗਲ ਬਾਬਾ ਦੇ ਨਾਂ ਦੇ ਨਾਲ ਜਾਣਿਆ ਜਾਂਦਾ। ਵੈਸੇ ਨਾਂ ਇਹਨਾਂ ਦਾ ਨਾਹਰ ਸਿੰਘ ਹੈ। ਸਤਿ ਸ਼੍ਰੀ ਅਕਾਲ ਬਾਪੂ ਜੀ, ਸਵਾਗਤ ਹੈ ਤੁਹਾਡਾ ਜੀ। ਬਾਪੂ ਜੀ, ਗੂਗਲ ਬਾਬੇ ਦੇ ਨਾਂ ਨਾਲ ਤੁਸੀਂ ਮਸ਼ਹੂਰ ਹੋ, ਨਾਹਰ ਸਿੰਘ ਤੁਹਾਡਾ ਨਾਮ ਹੈ, ਕਿਉਂ ਆਖਦੇ ਨੇ ਤੁਹਾਨੂੰ ਗੂਗਲ ਬਾਬਾ ਜੀ? ਉਹ ਗੂਗਲ ਬਾਬਾ ਜੀ ਇਸੇ ਕਰਕੇ ਕਹਿੰਦੇ, ਸਾਰੇ ਬੱਚੇ ਆ ਸਾਰੇ ਕਹਿੰਦੇ ਆ, ਕਹਿੰਦੇ ਵੀ ਜਦੋਂ ਵੀ ਇਹਨੂੰ ਗੱਲ ਕਹੀ ਵੀ ਇਹਨੂੰ ਗੱਲ ਇੰਨੀ ਹੁੰਦੀ ਹੈ ਇੰਗਲਿਸ਼ ਦੇ ਵਿੱਚ ਵੀ, ਮੰਨ ਲਓ ਕੋਈ ਵੱਡੇ ਵੱਡੇ ਜਿਹੜੇ ਪੜ੍ਹੇ ਲਿਖੇ ਬੀ ਏ ਐਮ ਏ ਜਿਹੜੀ ਡਿਗਰੀ ਕੀਤੀ ਉਹਨੂੰ ਵੀ ਫੇਲ ਕਰਦਾ ਹੈ ਤਾਂ ਗੂਗਲ ਬਾਬਾ ਨੂੰ ਕਹਿੰਦੇ ਆ। ਅੱਛਾ ਅੱਛਾ, ਵੈਸੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਬਾਬਾ ਜੀ ਜਿਹੜੇ ਨੇ 10 ਜਮਾਤਾਂ ਪਾਸ ਨੇ, ਪਰ ਦੁਨੀਆ ਦੀਆਂ ਤਮਾਮ ਰਾਜਧਾਨੀਆਂ, ਦੁਨੀਆ ਦੀ ਹੋਰ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਇਹ ਆਪਣੇ ਅੰਦਰ ਸਮੋਈ ਬੈਠੇ ਨੇ। ਬਾਬਾ ਜੀ, ਸੱਚੀ ਗੱਲ ਹੈ? ਹਾਂ ਸੱਚੀ ਹੈ ਜੀ, ਬਿਲਕੁਲ। ਵੇਖੋ, ਹੁਣ ਮੈਂ ਤੁਹਾਨੂੰ ਮਤਲਬ ਆਲ ਵਰਲਡ ਦੀਆਂ ਜਿਹੜੀਆਂ ਬੜੀਆਂ ਬੜੀਆਂ ਰਾਜਧਾਨੀਆਂ, ਆਲ ਵਰਲਡ ਜੀ, ਆਲ ਵਰਲਡ ਦੀਆਂ ਰਾਜਧਾਨੀਆਂ ਬਾਰੇ ਤੁਹਾਨੂੰ ਦੱਸਦਾ। ਆਲ ਵਰਲਡ ਜੀ, ਹੈ ਨਹੀਂ, ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਹੈ। ਪਾਕਿਸਤਾਨ ਦੀ ਰਾਜਧਾਨੀ ਪਹਿਲਾਂ ਲਾਹੌਰ ਸੀਗੀ, ਇਸਲਾਮਾਬਾਦ ਹੈ। ਅਫਗਾਨਿਸਤਾਨ ਦੀ ਕਾਬਲ ਹੈ, ਇਰਾਨ ਦੀ ਤਹਿਰਾਨ ਹੈ, ਇਰਾਕ ਦੀ ਬਗਦਾਦ ਹੈ, ਲਿਬਨਾਨ ਦੀ ਬੈਰੂਟ ਹੈ, ਸਾਊਦੀ ਅਰਬ ਦੀ ਰਿਆਦ ਹੈ, ਤੁਰਕੀ ਦੀ ਅੰਕਾਰਾ, ਲੀਬੀਆ ਦੀ ਤ੍ਰਿਪੋਲੀ ਹੈ, ਮਿਸਰ ਦੀ ਕਹਿਰਾ, ਡੈਨਮਾਰਕ ਦੀ ਕੋਪਨਹੈਗਨ, ਕਤਰ ਦੀ ਦੋਹਾ, ਕੁਵੈਤ ਦੀ ਕੁਵੈਤ ਹੈ। ਅੱਛਾ, ਇਹ ਸਾਰੀਆਂ ਮਤਲਬ ਅਰਬ ਕੰਟਰੀਆਂ ਜਿਹੜੀਆਂ ਮੁਸਲਮਾਨਾਂ ਦੇ ਦੇਸ਼ ਆ ਰਹੀ ਹੈ ਜੀ ਜੀ। ਹੁਣ ਤੁਹਾਨੂੰ ਯੂਰਪ ਕੰਟਰੀਆਂ ਮੈਂ ਦੱਸਣਾ, ਜਿਹੜੇ ਅੰਗਰੇਜ਼ਾਂ ਦੇ ਮੁਲਕ ਹੈ, ਅੰਗਰੇਜ਼ਾਂ ਦੇ। ਯੂ ਐਸ ਏ ਦੀ ਰਾਜਧਾਨੀ ਵਾਸ਼ਿੰਗਟਨ ਡੀ ਸੀ ਹੈ। ਯੂ ਐਸ ਏ ਦੀ ਫੁੱਲ ਫਾਰਮ ਪਤਾ ਕੀ ਹੁੰਦੀ ਹੈ? ਯੂ ਐਸ ਏ ਦੀ ਫੁੱਲ ਫਾਰਮ ਹੁੰਦੀ ਹੈ ਯੂਨਾਈਟਿਡ ਸਟੇਟ ਆਫ ਅਮੈਰੀਕਾ। ਵਾਸ਼ਿੰਗਟਨ ਡੀ ਸੀ ਇਜ਼ ਕੈਪੀਟਲ ਆਫ ਯੂਨਾਈਟਿਡ ਸਟੇਟ ਆਫ ਅਮੈਰੀਕਾ। ਇਹਦਾ ਫੁੱਲ ਪੂਰਾ ਪਤਾ ਜਿਹੜੀ ਵਾਸ਼ਿੰਗਟਨ ਡੀ ਸੀ ਹੈ, ਇਹ ਸੰਯੁਕਤ ਰਾਜ ਅਮੈਰੀਕਾ ਦੀ ਰਾਜਧਾਨੀ ਹੈ। ਰਸ਼ੀਆ ਦੀ ਮਾਸਕੋ ਹੈ, ਇੰਗਲੈਂਡ ਦੀ ਲੰਡਨ ਹੈ, ਕਨੇਡਾ ਦੀ ਅਟਵਾ ਹੈ, ਜਪਾਨ ਦੀ ਟੋਕੀਓ ਹੈ, ਫਰਾਂਸ ਦੀ ਪੈਰਿਸ ਹੈ, ਥਾਈਲੈਂਡ ਦੀ ਬੈਂਕਾਕ ਹੈ, ਜਿੰਬਾਬੇ ਦੀ ਹਰਾਰੇ ਹੈ, ਨੌਰਦਰਨ ਕੋਰੀਆ ਦੀ ਪਿਓਂਗਯਾਂਗ ਹੈ, ਸਾਊਦਰਨ ਕੋਰੀਆ ਦੀ ਸਿਓਲ ਹੈ, ਇਟਲੀ ਦੀ ਰੋਮ ਹੈ, ਇੰਡੋਨੇਸ਼ੀਆ ਦੀ ਜਕਾਰਤਾ ਹੈ, ਇਜ਼ਰਾਈਲ ਦੀ ਜੈਰੂਸ਼ਲਮ ਹੈ, ਸ਼੍ਰੀਲੰਕਾ ਦੀ ਕੋਲੰਬੋ ਹੈ, ਨਾਗਾਲੈਂਡ ਦੀ ਕੁਹਿਮ ਹੈ, ਬੰਗਲਾਦੇਸ਼ ਦੀ ਢੱਕ ਹੈ, ਨੇਪਾਲ ਦੀ ਕਠਮੰਡੂ ਹੈ, ਚਾਈਨਾ ਦੀ ਬੀਜਿੰਗ ਹੈ, ਜੁਗੇਨ ਦੀ ਰੰਗੂਨ ਹੈ, ਮਲੇਸ਼ੀਆ ਦੀ ਕੋਲਾਲੰਪਰ ਹੈ, ਫਿਲਪਾਈਨ ਦੀ ਮਨੀਲਾ, ਆਸਟ੍ਰੇਲੀਆ ਦੀ ਕੈਨਵਰਾ, ਜਰਮਨ ਦੀ ਬਰਲਿਨ ਹੈ, ਵੀਤਨਾਮ ਦੀ ਹਨੋਈ ਹੈ, ਨਾਰਵੇ ਦੀ ਓਸਲੋ ਹੈ, ਹਾਲੈਂਡ ਦੀ ਐਮਸਟਰਡਮ ਹੈ, ਕਿਊਬਾ ਦੀ ਹਵਾਨਾ, ਨਿਊਜ਼ੀਲੈਂਡ ਦੀ ਬ੍ਰੈਂਟਨ ਹੈ, ਸਵਿਟਜ਼ਰਲੈਂਡ ਦੀ ਜਿਨੇਵਾ, ਸਵੀਡਨ ਦੀ ਸਟਾਕਹੋਮ ਹੈ, ਨਾਈਜੀਰੀਆ ਦੀ ਅਬੂਜਾ, ਅਰਜਨਟੀਨਾ ਦੀ ਬਿਊਨਸ ਏਅਰਸ ਹੈ, ਬੈਲਜੀਅਮ ਦੀ ਬ੍ਰਸਲਜ਼ ਹੈ, ਬ੍ਰਾਜ਼ੀਲ ਦੀ ਬ੍ਰਜ਼ੀਲੀਆ, ਚਿੱਲੀ ਦੀ ਸਾਂਡਿਆਂਗੋ ਹੈ, ਪੋਲੈਂਡ ਦੀ ਵਾਰਸ ਹੈ, ਫਿਜੀ ਦੀ ਸੁਬਾ, ਆਸ਼ੀਆ ਦੀ ਵਿਆਨਾ, ਕੀਨੀਆ ਦੀ ਨਰੋਬੀ ਹੈ, ਸਾਈਪਰਸ ਦੀ ਨਿਕੋਸੀਆ, ਸਕਾਟਲੈਂਡ ਦੀ ਈਡਨਬਰਗ, ਬਲਗਾਰੀਆ ਦੀ ਸੋਫੀਆ, ਸੁਡਾਨ ਦੀ ਖਾਰਤੂਮ ਹੈ, ਮੈਕਸੀਕੋ ਦੀ ਮੈਕਸੀਕੋ ਸਿਟੀ ਹੈ, ਪੁਰਤਗਾਲ ਦੀ ਲਿਸਬਨ ਹੈ, ਯੂਨਾਨ ਦੀ ਏਥਨ ਹੈ,
वैसट इंडीज की ब्रिजटाउन है, म्यांमार की जंगून है, साउथ अफ्रीका की केपटाउन है, फिनलैंड की हेलसिंकी है, तो सोमालिया की राजधानी मोगाडिशु है। लेकिन सारे बाल्ड बापा जी पैसे उम्र कि होगी हूँ? मेरी उम्र हैगी 64 साल की है, 64वां साल लगे 63 साल की। वैसे तो कहते हैं कि इस उम्र च आके बंदे की याददाश्त जी घट जाती है, तो हाड़ी याददाश्त से कोई फर्क नहीं पाया? मेरी याद दसा क्यों नहीं फर्क पाया? वो याददाश्त क्यों घटती है? मैं कोई नशा नहीं मरता गा, ना तो मैं कोई शराब पीना। पूरी जिंदगी कोई नशा नहीं किया? कोई नशा नहीं करता, कोई शराब ना फीम ना डोडे ना बीड़ी ना सिगरेट ना जरदा, कोई मैं नशा ये भरदा नहीं गा। ताने मेरा दिमाग वाला लस्सी लुस्सी पीना करके ताने दिमाग मेरा बड़ा ऐ तेज है, वो चीज़ा मैं नहीं भरदा जी शरीर दिमाग में खराब कर दी है नी, लस्सी लुस्सी का बड़ा मैं शौकीन है दिमाग मेरे। अच्छा अच्छा बापू जी, ये जड़ियाँ गल्लां तुसी करदे हो ये सीखनियाँ शुरू कीतियां सी कि अपने आप ही तुहानू लगे कि मैनू तो यह सारा कुछ याद आ? मैनू ये सीखनियां नू पेपर पढ़ना आ न्यूज़ पेपर पेपर मैनू ये बड़ी जड़ी जानकारी मैनू इत्थों पता लग्या है। मेरा चाचा हुंदा सी वो इंस्पैक्टर सीगा पुलिस का, हुण तो मर गया वो। अच्छा। हुण उहदा बाल बच्चा सारा कनेडा च रहिंदा। अच्छा। वो सिर्फ 10 जमातां पढ़िया हुंदा सी, 10 दा हुंदा सी, कहिंदा मैं 10 जमातां पढ़िया, तो घर वे 12 थाने वो अंडर से, वो 12 थाने यानी, तो घर अखबार वह इंग्लिश का पढ़ता सी वेला। अच्छा। तुम हम हिसाब ला के देखो भी अजकल का 10 पढ़िया कोई इंग्लिश का अखबार पढ़ लूगा? देख लो अजकल का इन्ना फर्क है पढ़ाई का, तो उनकी पढ़ाई का तो कि फर्क पै गया हूँ, कि फर्क पै गया। हाँ है भी तय मैं जी ज्यादा नॉलेज है, मतलब अखबार पढ़ते हुई भी है। किन्ने साल हो गए अखबार पढ़ते? अखबार पढ़ने तो मैं हो गए 20-25 साल। कभी नागा नहीं पिया? घर भी मेरे अखबार ही पे वेलो घर देखे। हाँ अच्छा, अज की अखबार मेन खबर कि वैसे की चल रहा अजक अखबार? अखबार जो लॉकडाउन के बारे चल रहा अजकल ना जो। हाँ। मतलब करोना वायरस वाला बड़ा चल रहा है, यही काम बड़ा। अच्छा। हाँ भी करोना वायरस होर बाकी आ जड़िया करोना वायरस के बड़ा भी लॉकडाउन अज अच्छे हो गया, इतने हो गया, इतने बाकी बंदे बुंदे बहुत मर गए जो लॉकडाउन वो दसते होंगे भी किन्ने इतने मर गए इतने किन। अच्छा जिते बापू जी तुम्हें राजधानियां याद ने पूरी दुनिया दी, उन्होंने मुल्क के भी ना गनाते जो शायद असं कभी सुने भी नहीं सी, तो होर की याद है तुम्हें? होर हम थोड़ू मैं जिन्हें आल इंडिया नहीं आल इंडिया ऑल इंडिया दूँ जिन्या स्टेटा सारिया जिन्हें सूबे आ जाए यानी उन्होंने राजधानी नाम थोड़ा कदे कहीं दस सकते। अच्छा दस जरूर दस। पंजाब की राजधानी चंडीगढ़ है जी, हरियाणा की चंडीगढ़ है, दिल्ली की करोलबाग है, हिमाचल की शिमला है, जम्मू कश्मीर की श्रीनगर है, तो अजक गर्मियों के लेह लद्दाख भी चली जाती है जम्मू, दो राजधानियां उठे जम्मू कश्मीर। अच्छा यूपी की लखनऊ है, उत्तराखंड की देहरादून है, बिहार की पटना, झारखंड की रांची है, असाम की दिसपुर गुवाहाटी है, मेघालय की शिलोंग है, मणिपुर की इंफाल है, त्रिपुरा की अगरतला है, अरुणाचल की ईटानगर है, सिक्किम की गंगटोंक है, भूटान की थिंपू है, वेस्ट बंगाल की कोलकाता, उड़ीसा की भुवनेश्वर है, तेलंगाना की हैदराबाद है, महाराष्ट्र की मुंबई है, केरला की त्रिवेंद्रम है, तमिलनाडु की चेन्नई है, गोवा की पणजी है, एमपी की भोपाल है, छत्तीसगढ़ की रायपुर है, कर्नाटका की बंगलौर है, गुजरात की गांधीनगर अहमदाबाद, राजस्थान की राजधानी जयपुर है। वाह पूरा ऑल इंडिया। अच्छा पूरे इंडिया दिया पूरा ऑल इंडिया पूरा ऑल इंडिया। अच्छा बापू जी जिथे राजधानियां याद ने क्योंकि साढ़े बजुर्गों ना पुराणियों तुसी भी जिस उम्र जो साडे इतिहास बारे पंजाब के इतिहास बारे साडे सिख धर्म के इतिहास बारे भी बहुत नॉलेज हुंदी है। हाँ, वो भी चीज़ा याद ने? हाँ ज़्यादा ज़्यादा जी। एक मैं ये भी याद है भी जेडे श्री गुरु गोबिंद सिंह जी ने पंज प्यारे साजे ने पंज प्यारे जी भी वह मतलब कितों कितों दसी ठीक नहीं कि उन्होंने ना सी उन्होंने बारे भी थोड़ा दसन लगा भी दसो सुनो ध्यान ना भी कितों कितों दे जो पहला प्यारा जो पहला प्यारा जी और ना सी भाई दया राम। भाई दया राम जरा वह जात का खत्री सी खत्री अमृत छक के बनया भाई दया सिंह वह पता जी कितों का सी वह सगा लाहौर शहर का वसनीक सगा लाहौर शहर का। अच्छा ये लाहौर शहर हूँ पाकिस्तान के बच्चे उदो तो पंजाब च सगा है नहीं पर हूँ पाकिस्तान के खर दया सिंह वो लाहौर शहर का सी लाहौर सिटी इज सिटी ऑफ पाकिस्तान कंट्री ए मतलब लाहौर शहर है पाकिस्तान देश का शहर है मतलब ही बनी जाए। अच्छा जोड़ा दूसरा पैरा दूसरा पैरा उसका ना से भाई धर्मचंद। भाई धर्मचंद जो जात का जट से जट घूमेर वर्गा यानी अमृत छक के बनया वो भाई धर्म सिंह वो पता जी कितों का सगा हसनापुर का सी हसनापुर जरा हसनापुर है ये दिल्ली के अगले पास पैंदा मेरठ जिला पैंदा मेरठ यूपी चाहे यूपी जिला मेरठ पैंदा
यानी यह हस्तनापुर है। जरा भाई धर्म सिंह सी ये हस्तनापुर का सी, हस्तनापुर सिटी इज द सिटी ऑफ यूपी स्टेट इन इंडिया, डिस्ट्रिक्ट मेरठ, नियर न्यू दिल्ली, भी दिल्ली के कोल है। पूरा एड्रेस है जिम्मे हाँ। अच्छा जोड़ा सगा तीसरा प्यारा वह ना सी भाई मोहकम चंद। जो मोहकम चंद सी वह जाट का छीबा सी, जिन्होंने आप दर्जी सिंह भी कहने, अमृत छक के बनया भाई मोहकम सिंह। वह पता जी कितों का सी, वह सगा द्वारकापुरी का सी। द्वारकापुरी ये द्वारकापुरी गुजरात सूबे च पैंती है, गुजरात है भी समुद्र के बच्चे। द्वारकापुरी उतों का सी जो भाई मोहकम सिंह से, वह द्वारकापुरी का सी। द्वारकापुरी सिटी इज डिस्ट्रिक्ट ऑफ गुजरात स्टेट इन इंडिया एन सी। यहाँ मतलब जो द्वारकापुरी शहर है बन गया, मतलब भी द्वारकापुरी शहर है, ये गुजरात सूबे का जिला है। एन सी एस ई ए सी, सी का मतलब समुद्र होंगे, भी समुद्र के बच्च है। अच्छा। मतलब बन गया पूरा, मतलब ये बन गया। अच्छा गाँ हूँ फिर आ जरा सीगा चौथा प्यारा जरा ना सी भाई हिम्मत राय। भाई हिम्मत राय जरा जात का चौर सी, चौर जिन्होंने आप मेहरे भी कहने, यानी वो पता जी कितों का सी, वह उड़ीसा सूबे का सी, उड़ीसा सूबे का। अच्छा कितों का, जगन्नाथपुरी का सी, जगन्नाथपुरी। ये जगन्नाथपुरी उड़ीसा के बच्चे पैंता शहर, जगन्नाथपुरी समुद्र के बिल्कुल नाल है जमा, ये जगन्नाथपुरी। भाई हिम्मत सिंह उतो जगन्नाथपुरी का सी, यानी जगन्नाथपुरी सिटी इज डिस्ट्रिक्ट ऑफ उड़ीसा स्टेट इन इंडिया बेड सी, भी समुद्र के नाल, समुद्र के नाल है। पूरा एड्रेस है, कल वाला पुछ लिया मैं क्या। अच्छा फिर आ गया पांचवा प्यारा सी, ओदा नाम सी भाई साहब चंद। अच्छा जी, भाई साहब चंद जिहड़ा सी ओह जाट दा नाई सी, जिहनूं आपां राजे भी कहने आ। अमृत छक के बनिया ओह भाई साहब सिंह ओह जी पता कितों दा सी, ओह बिदर शहर दा वसनीक सी। बिदर शहर, यह बिदर शहर है जिहड़ा एक कर्नाटका दे विच पैंदा है, कर्नाटका च। बिदर शहर जिहड़ा हजूर साहब तो ये घट्टो घट मेरे ख्याल भी 200 किलोमीटर अगे है, हजूर साहब तो ये नेड़े हैदराबाद है, हैदराबाद शहर है। यानी जिहड़ा जिहड़ा भाई साहब सिंह सी ये बिदर शहर का वसनीक सीगा, कर्नाटका का। बिदर सिटी इज डिस्ट्रिक्ट ऑफ कर्नाटका स्टेट इन इंडिया, बिदर सिटी इज डिस्ट्रिक्ट ऑफ कर्नाटका स्टेट इन इंडिया, नियर हैदराबाद सिटी इज कैपिटल ऑफ तेलंगाना स्टेट इन इंडिया। अपने बंदरियां अपने देश दी, भारत दी, इंडिया दी, इहदे नाम भी तुहानूं मैं दस दिंदा किथे-किथे मशहूर। अच्छा बड़ियां कोलकाता सिटी इज डॉक ऑफ वेस्ट बंगाल स्टेट इन इंडिया। इहदा मतलब बन गया भी जिहड़ा कोलकाता शहर है, यह पश्चिमी बंगाल सूबे की बंदरगाह है। अच्छा डी ओ सी के डॉक, डॉक का मतलब बंदरगाह होंदी है। अच्छा बंदरगाह। अच्छा फिर उन्होंने कहा फिर आ जाओ, फिर पैरादीप सिटी इज डॉक ऑफ उड़ीसा स्टेट इन इंडिया। यहाँ मतलब बने जो पैरादीप शहर है जरा उड़ीसा सूबे की बंदरगाह है, यहाँ मैल बन गया। अच्छा अच्छा कहा फिर आ जाओ। अच्छा विशाखापट्टनम सिटी एंड बल्टी सिटी आर डॉक्स ऑफ तेलंगाना स्टेट इन इंडिया। यहाँ मतलब बन गया विशाखापट्टनम तो बल्टी शहर है, तेलंगाना सूबे दियाँ बंदरगाह। अच्छा गां फिर आ जाओ मुंबई सिटी इज डॉक ऑफ महाराष्ट्र स्टेट इन इंडिया। यहाँ मतलब मुंबई शहर महाराष्ट्र सूबे की बंदरगाह बनी है। फिर गां फिर आ जाओ पोरबंदर सिटी इज डॉक ऑफ गुजरात स्टेट इन इंडिया। जरा मतलब बन गया पोरबंदर शहर है, गुजरात सूबे की बंदरगाह। गां फिर बिलावल सिटी इज डॉक ऑफ गुजरात स्टेट इन इंडिया। जरा बिलावल शहर है, गुजरात सूबे की बंदरगाह है। गां फिर जामनगर सिटी इज डॉक ऑफ गुजरात स्टेट इन इंडिया। जरा मतलब बन गया
ਵੀ ਜਿਹੜਾ ਜਾਮਨਗਰ ਸ਼ਹਿਰ ਹੈ ਗੁਜਰਾਤ ਸੂਬੇ ਦੀ ਬੰਦਰਗਾਹ ਹੈ। ਗਾਂ ਫਿਰ ਆ ਜਾਓ ਕਾਂਡਲਾ ਸਿਟੀ। ਕਾਂਡਲਾ ਸਿਟੀ ਇਜ਼ ਡੌਕ ਆਫ ਗੁਜਰਾਤ ਸਟੇਟ ਇਨ ਇੰਡੀਆ। ਇਹਦਾ ਮਤਲਬ ਬਣੇਗਾ ਕਾਂਡਲਾ ਸ਼ਹਿਰ ਹੈ ਗੁਜਰਾਤ ਸੂਬੇ ਦੀ ਬੰਦਰਗਾਹ। ਇਹ ਕਿੰਨੀਆਂ ਬੰਦਰਗਾਹਾਂ ਨੇ ਗੁਜਰਾਤ ਦੀਆਂ ਜੀ? ਇਹ ਤਾਂ ਵਿਖੀ ਜੋ ਸੁਣ ਜੋ ਲਗਮਣ। ਗਾਂ ਫਿਰ ਆ ਜਾਓ ਐਂਡ ਔਖਾ ਸਿਟੀ ਇਜ਼ ਡੌਕ ਆਫ ਗੁਜਰਾਤ ਸਟੇਟ ਇੰਡੀਆ। ਵੀ ਜਿਹੜਾ ਔਖਾ ਸ਼ਹਿਰ ਹੈ ਗੁਜਰਾਤ ਸੂਬੇ ਦੀ ਬੰਦਰਗਾਹ ਹੈ। ਇਹ ਸਾਰੀਆਂ ਗੁਜਰਾਤ ਸੂਬੇ ਦੀਆਂ ਬੰਦਰਗਾਹ ਦੱਸੀਆਂ। अच्छा बाकी गल्लां तो सही है बापू जी। दस जमातां तुसीं पढ़े हो, मैनूं लगदा है कि पुराने समयां च अंग्रेजी तां छेवीं सतवीं च जाके शुरू हुंदी सी। फिर अंग्रेजी जवान दे नाल वास्ता किवें पिया? अंग्रेजी जवान नाल वास्ता पिया जी, जिहड़ा मतलब इह आपां तुसीं पढ़दे ना अंतरराष्ट्रीय पढ़दे हुंदे अखबार च आउंदा, अजीत अखबार च आउंदा हुंदा, तुसीं जलंधर सर जिहड़ा वेख्या तुसीं जी, उह मैं ज़्यादा पढ़दा ना अंतरराष्ट्रीय अंतरराष्ट्रीय। उहदे सारियां बाहरले देशां दीआं हुंदीआं, सारा बाहरले देशां बारे बाहरी नॉलेज दी नहीं। पर अंग्रेजी किवें सिख ली? ਅੰਗਰੇਜ਼ੀ ਮੈਂ ਪੜ੍ਹਿਆ, ਦਸ ਜਮਾਤਾਂ ਪੜ੍ਹੀਆਂ ਪੁਰਾਣੀਆਂ ਤਾਂ ਉਹਨੂੰ ਵੀ ਪੜ੍ਹਾਈ ਫਰਕ ਸੀ, ਇੰਨਾ ਫਰਕ ਇੰਨਾ ਪੜ੍ਹਾਈ ਦਾ ਤਾਂ ਹੁੰਦਾ। ਅੱਛਾ ਤੁਹਾਨੂੰ ਦੱਸਿਆ ਤਾਂ ਵੀ ਉਹਨਾਂ ਦੀ ਪੜ੍ਹਾਈ ਦਾ ਅਤੇ ਹੁਣ ਦੀ ਪੜ੍ਹਾਈ ਦਾ ਕਿੰਨਾ ਫਰਕ ਹੈ? ਮੇਰਾ ਚਾਚਾ ਦਸ ਜਮਾਤਾਂ ਪੜ੍ਹਾ ਜੀ, ਘਰ ਅਖਬਾਰ ਹੀ ਅੰਗਰੇਜ਼ੀ ਦਾ ਪੜ੍ਹਦਾ ਸੀ। ਅੱਛਾ, ਅੱਜ ਕੱਲ੍ਹ ਕੋਈ ਆਪਾਂ ਇਨਫੋਰਮੇਸ਼ਨ ਲੈਣੀ ਹੋਵੇ ਨਾ, ਕੋਈ ਜਾਣਕਾਰੀ ਲੈਣੀ ਹੋਵੇ ਤਾਂ ਅਸੀਂ ਵੀ ਕਹਿ ਦਿੰਦੇ ਹਾਂ, ਨਿਆਣੇ ਵੀ ਕਹਿ ਦਿੰਦੇ ਆ ਕਿ ਇੰਟਰਨੈਟ ਚਾਹੀਦਾ, ਮੋਬਾਈਲ ਲੈਪਟਾਪ ਚਾਹੀਦੇ ਨੇ, ਤੁਹਾਨੂੰ ਤਾਂ ਕਿਸੇ ਚੀਜ਼ ਦੀ ਲੋੜ ਹੀ ਨਹੀਂ? ਮੂੰਹ ਜੋਈ ਨਾਲ ਹਾਂ, ਮੋਬਾਈਲ ਵਗੈਰਾ ਵਰਤਦੇ ਹੋ? ਨਹੀਂ, ਮੋਬਾਈਲ ਤੋਂ ਗੱਲਬਾਤ ਕਰ ਲਈ ਦੀ ਹੈ, ਪਰ ਮੈਂ ਉੱਥੇ ਕੋਲ ਹੀ ਰੱਖਦਾ ਮੋਬਾਈਲ, ਮੈਨੂੰ ਸ਼ੌਕ ਨਹੀਂ ਹੈ ਨੈੱਟ ਵਾਲਾ ਨਹੀਂ ਵਰਤਦਾ। ਮੈਂ ਅਖਬਾਰ ਵਾਲੇ ਪੜ੍ਹਨਾ, ਅਖਬਾਰ ਅਖਬਾਰਾਂ ਵਗੈਰਾ ਬੜਾ ਸ਼ੌਕ ਹੈ। ਕਿਤਾਬਾਂ ਕਤੂਬਾਂ ਵੀ ਪੜ੍ਹਦਾ? ਕਿਤਾਬਾਂ ਹੀ ਪੜ੍ਹਨਾ, ਕਿਤਾਬਾਂ ਮੈਂ ਰਸਾਲਾ ਪੜ੍ਹਦਾ ਸਿੱਖ ਪਰਿਵਾੜੀ। ਸਿੱਖ ਪਰਿਵਾੜੀ ਬੜਾ ਸ਼ੌਕੀਨ ਆ, ਹੁਣ ਤਾਂ ਉਹ ਬੰਦ ਹੋਇਆ ਵਾ ਲੋਕਡਾਊਨ ਦਾ ਕਰਕੇ, ਠੀਕ ਨਹੀਂ, ਪਰ ਉਹ ਸਿੱਖ ਪਰਿਵਾੜੀ ਜਿਹੜਾ ਨੌਲੇਜ ਬਹੁਤ ਦਿੰਦਾ ਲੋਕ, ਹੁਣ ਬਾਹਰਲੇ ਬੋਲੇ ਦੇਸ਼ਾਂ ਬਾਰੇ ਉਹ ਵੀ ਬਹੁਤ ਨੌਲੇਜ ਦਿੰਦਾ ਸਿੱਖ ਪਾਲੀ। ਅੱਛਾ ਬਾਪੂ ਜੀ, ਜਦੋਂ ਹੁਣ ਅਸੀਂ ਵੀ ਤੁਹਾਡੇ ਪਿੰਡ ਪਹੁੰਚੇ ਹਾਂ, ਕਿਸੇ ਨੇ ਵੀ ਕਿਤੇ ਜਾਣਾ ਹੋਵੇ ਤਾਂ ਅੱਜ ਕੱਲ੍ਹ ਮੈਪ ਮੂਪ ਚੱਲ ਪਏ ਨੇ ਕਿ ਮੈਪ ਲਗਾਓ, ਜਗ੍ਹਾ ਭਰੋ ਅਤੇ ਉੱਥੇ ਪਹੁੰਚ ਜਾਓ। ਹਾਂ ਹਾਂ, ਰਸਤੇ ਵੀ ਯਾਦ ਨੇ ਤੁਹਾਨੂੰ ਸਾਰੇ? ਰਸਤੇ ਵੀ ਯਾਦ ਆ। ਹਾਂ ਕੋਈ ਨਹੀਂ, ਜਿੱਦਾਂ ਤੁਸੀਂ ਘੁੰਮੇ ਹੋ ਬਾਹਰ ਦੂਜੀਆਂ ਸਟੇਟਾਂ ਦੇ ਵਿੱਚ ਜਾਂਦੇ ਰਹੇ, ਹੁਣ ਵੀ ਯਾਦ ਹੈ ਸਾਰਾ ਕੁਛ? ਹਾਂ ਹਾਂ ਯਾਦ ਆ। ਜਿੱਥੋਂ ਆਪਾਂ ਸਰਚ ਕੀਤਾ, ਜੇ ਇੱਥੋਂ ਜਾਣਾ ਹੋਵੇ ਕਲਕੱਤੇ ਨੂੰ ਜਾਣਾ ਹੋਵੇ, ਹਾਂ ਕਲਕੱਤੇ ਪੰਜਾਬ 'ਚੋਂ ਕਲਕੱਤੇ ਨੂੰ ਜਾਣਾ ਹੋਵੇ ਤਾਂ ਇੱਥੋਂ ਤੁਹਾਨੂੰ ਪਹਿਲਾਂ ਜਾਣਾ ਪਊਗਾ ਆਪਾਂ ਨੂੰ ਲੁਧਿਆਣਾ, ਲੁਧਿਆਣੇ ਤੋਂ ਜਿਵੇਂ ਅੰਬਾਲਾ, ਅੰਬਾਲੇ ਤੋਂ ਫਿਰ ਜਾਣਾ ਪਊਗਾ ਆਪਾਂ ਨੂੰ ਸਹਾਰਨਪੁਰ, ਸਹਾਰਨਪੁਰ ਤੋਂ ਫਿਰ ਰਾਮਪੁਰ, ਬਰੇਲੀ, ਲਖਨਊ, ਬਨਾਰਸ, ਕਾਂਸ਼ੀ, ਪਟਨਾ, ਇਹ ਨਹੀਂ, ਫਿਰ ਉੱਧਰ ਆਪਣਾ ਆਸਨਸੋਲ, ਰਾਣੀਗੰਜ ਅਤੇ ਬਰਦਵਾਨ, ਫਿਰ ਸਿੱਧਾ ਕਲਕੱਤਾ ਹੀ ਰਸਤਾ ਸਾਰਾ। ਅੱਛਾ, ਹਾਂ, ਮੈਪ ਦੀ ਲੋੜ ਹੀ ਨਹੀਂ? ਲੋੜ ਹੀ ਨਹੀਂ, ਹਾਂ। ਠੀਕ ਆ, ਅਤੇ ਹੋਰ ਕੀ ਕਰਦੇ ਹੋ ਸਾਰਾ ਦਿਨ, ਕੀ ਕਰਦੇ ਹੋ ਫਿਰ ਖੇਤਾਂ 'ਚ ਹੁੰਦੇ ਹੋ ਜਿੱਥੇ ਆਪਾਂ ਬੈਠੇ ਹਾਂ, ਕੰਮ ਕਾਰ ਕਰਦੇ ਹੋ ਕਿ ਬਸ ਅਖਬਾਰ ਪੜ੍ਹ ਲਿਆ, ਨਿਆਣਿਆਂ ਨਾਲ ਗੱਲਾਂ ਕਰ ਲਈਆਂ? ਨਿਆਣਿਆਂ ਨੇ ਕਰੇ, ਹੁਣ ਵਿਹਲਿਆਂ ਨੂੰ, ਮੇਰੇ ਬੁੱਢਾ ਤਾਂ ਹੋਇਆ ਪਿਆ, ਮੈਂ ਪੁੱਠ ਪੁੱਠਿਆਂ ਵਾਲਾ, ਉਹ ਵਿਹਲਾ ਹੀ ਆ, ਮੁੰਡਾ ਮੇਰਾ ਇੱਥੇ ਰਹਿੰਦਾ ਨਹੀਂ, ਬਾਹਰ ਹੀ ਰਹਿੰਦਾ ਉਹ ਤਾਂ। ਹਾਂ, ਅਤੇ ਕੌਣ ਪਰਿਵਾਰ 'ਚ ਕੌਣ ਕੌਣ ਫਿਰ? ਮੇਰੀ ਨੂੰਹ ਆ ਅਤੇ ਇੱਕ ਮੈਂ ਆ, ਕਹਿੰਦਾ ਬਸ, ਇੱਕ ਪੋਤੀ ਹੈ ਮੇਰੀ। ਅੱਛਾ, ਹਾਂ। ਅਤੇ ਬਾਪੂ ਜੀ, ਕਦੀ ਆਲੇ ਦੁਆਲੇ ਦੇ ਜਿਹੜੇ ਲੋਕ ਨੇ ਉਹ ਵੀ ਆਉਂਦੇ ਰਹਿੰਦੇ ਤੁਹਾਡੇ ਕੋਲ, ਜਾਣਦੇ ਰਹਿੰਦੇ ਤੁਹਾਡੇ ਬਾਰੇ ਆ ਕੇ? ਹਾਂ ਹਾਂ, ਬਹੁਤ ਅੱਛੇ, ਮੇਰਾ ਮੋਬਾਈਲ ਚੱਕੀ ਫਿਰਦੇ ਯਾਰ, ਬਸ ਇੱਥੇ ਜਵਾਕ ਜਿੰਨੇ ਸਾਰੇ ਅਨੁਭਵ। ਅੱਛਾ, ਵੀਡੀਓ ਬਣਾਉਣ ਲਈ? ਹਾਂ, ਵੀਡੀਓ ਬਹੁਤ ਚੱਕੀ ਫਿਰ ਲੈਂਦੇ। ਹਾਂ, ਬਹੁਤ ਫਿਰਦੇ। ਅੱਛਾ, ਜਿਹੜਾ ਅੱਜ ਦਾ ਪੰਜਾਬ, ਇਸ ਪੰਜਾਬ ਨੂੰ ਦੇਖਦੇ ਹੋ, ਕੀ ਮਹਿਸੂਸ ਕਰਦੇ ਹੋ, ਕੀ ਘਾਟ ਲੱਗਦੀ ਹੈ, ਕੀ ਚੰਗਾ ਲੱਗਦਾ, ਕੀ ਲੱਗਦਾ? ਇਹ ਜਿਹੜੇ ਪੰਜਾਬ ਦੇ ਲੋਕ ਆ ਨਾ, ਪੰਜਾਬ ਦੇ ਲੋਕ ਮਿਹਨਤੀ ਤਾਂ ਬਹੁਤ ਆ, ਬਹਾਦਰ ਵੀ ਬਹੁਤ ਹੈ। ਇਹ ਦੱਸਾਂ, ਇਹ ਪਹਿਲਾਂ ਨਾ ਪੰਜਾਬ ਦੇ ਵਿੱਚ ਮੈਂ ਦੇਖਿਆ, ਜਿਵੇਂ ਸਾਡੇ ਟਾਈਮ ਦੀ ਗੱਲ ਕਰਦਾ, ਇਹ ਨਸ਼ੇ ਨੇ ਪੰਜਾਬ ਬਰਬਾਦ ਕਰਤਾ ਬੜਾ ਹੈ। ਇਹ ਨਹੀਂ, ਇਹ ਪਹਿਲਾਂ ਇੱਥੇ ਨਸ਼ਾ ਵੀ ਨਹੀਂ ਕਰਦੇ ਲੋਕ, ਪਹਿਲਾਂ ਇੱਥੇ ਪਸ਼ੂ ਪਸ਼ੂ ਬਹੁਤ ਰਹਿੰਦੇ, ਕੰਮ ਇੱਥੇ ਦੇਖੋ ਕਿੰਨਾ ਕਰਦੇ ਸੀ, ਹਾੜੀ ਵੀ ਸਾਰੀ ਹੱਥੀਂ ਵੱਢਦੇ ਸੀ, ਕੱਢਦੇ ਵੀ ਹੱਥੀਂ ਸਾਰੇ, ਯਾਨੀ ਹੋਰ ਵੀ ਸਾਰਾ ਹਲ ਵਾਹੁੰਦੇ ਸੀ ਹੱਥੀਂ, ਵਿਚਾਰੇ ਬਲਟ ਬੁਲਟ ਰੱਖੇ ਹੁੰਦੇ ਸੀ, ਪੱਠੇ ਤਾਂ ਸਾਰੇ ਹੱਥੀਂ ਵੱਢਦੇ ਸੀ, ਹੱਥੀਂ ਕੁਤਰਦੇ ਸੀਗੇ। ਇਹ ਹੁਣ ਪੰਜਾਬ ਜਾਣੀ ਅੱਗੇ ਵਾਲਾ ਪੰਜਾਬ ਰਹਿ ਨਹੀਂ ਗਿਆ, ਹੁਣ ਜਿਹੜੀ ਕੰਮ ਬਹੁਤ ਘੱਟ ਕਰਦੇ ਲੋਕ ਇੱਥੇ, ਯਾਨੀ ਇਹ ਕੰਮ ਛੱਡ ਕੇ ਪੰਜਾਬ ਦੇ ਲੋਕ, ਮੈਂ ਵੇਖਿਆ ਬੜਾ ਨਸ਼ੇ 'ਚ ਬੜਾ ਵੜ ਗਏ ਪੰਜਾਬ ਦੇ ਲੋਕ, ਤਾਂ ਜੇ ਪੰਜਾਬ ਡਾਊਨ ਹੋ ਗਿਆ। ਹਾਂ, ਮੇਰੇ ਵੇਖਣ 'ਚ ਇੱਥੇ ਲੋਕ ਪੰਜਾਬ ਦੇ ਚਾਹ ਵੀ ਨਹੀਂ ਸੀ ਪੀਂਦੇ, ਚਾਹ ਅੱਛਾ, ਹਾਂ ਚਾਹ ਨਹੀਂ ਸੀ ਪੀਂਦੇ, ਪਹਿਲਾਂ ਚਾਹ ਨਹੀਂ ਪੀਂਦੇ, ਦੁੱਧ ਪੀਂਦੇ, ਜੋ ਚਾਹ ਵੀ ਦੀ ਲੋੜ ਕੀ ਪੈਂਦੀ ਸੀ, ਦੁੱਧ ਆਮ ਹੁੰਦਾ ਸੀ, ਦੁੱਧ ਦੀਆਂ ਨਦੀਆਂ ਵਗਦੀਆਂ ਸੀ ਇੱਥੇ, ਉਦੋਂ ਇੰਨਾ ਦੁੱਧ ਹੁੰਦਾ ਸੀ ਆਮ, ਅਗਲਾ ਚਾਹ ਦੀ ਕੀ ਲੋੜ, ਅਗਲਾ ਚਾਹ ਕੀ ਚੀਜ਼, ਹਾਂ ਤਾਂ ਉਹ ਕੰਮ ਇੰਨਾ ਕਰਦੇ ਸੀ। ਹੁਣ ਹੋਰ ਕੀ ਫਰਕ ਪਿਆ ਖਾਣ ਪੀਣ 'ਚ? ਖਾਣ ਪੀਣ 'ਚ ਨਸ਼ੇ ਹੋ ਗਏ, ਖੁਰਾਕ ਜਿਹੜੀ ਅਸਲ ਖੁਰਾਕ ਸੀ ਉਹ ਤਾਂ ਛੱਡ ਗਏ, ਇਹਨੇ ਲੱਸੀ ਛੱਡ ਕੇ, ਦੁੱਧ ਛੱਡ ਕੇ, ਸਾਰੀ ਚੀਜ਼ਾਂ ਨੇ ਘਿਓ ਛੱਡ ਕੇ, ਦੇਸੀ ਅਤੇ ਨਸ਼ਿਆਂ 'ਚ ਵੜ ਗਏ, ਫੀਮ ਡੋਡਿਆਂ 'ਚ ਵੜ ਗਏ, ਜਰਦੇ ਫਰਦੇ ਬੀੜੀਆਂ ਸਾਰੀਆਂ ਸ਼ਰਾਬਾਂ ਸ਼ਰੂਬਾਂ ਜਿਹਨਾਂ 'ਚ ਵੜ ਗਏ, ਤਾਂ ਜਿਹੜਾ ਪੰਜਾਬ ਡਾਊਨ ਹੋ ਗਿਆ ਹੈ। ਜਿਹੜਾ ਸੰਨ 65 ਦੇ ਵਿੱਚ ਪੰਜਾਬ ਸੀ ਨਾ, ਸੰਨ 65 ਦੇ ਵਿੱਚ ਉਹ ਪੰਜਾਬ ਅੱਜ ਹੈ ਨਹੀਂ ਗਏ। ਅੱਛਾ, 65 ਸੰਨ 65 ਦੇ ਵਿੱਚ ਇੱਥੇ ਚਾਹ ਨਹੀਂ ਸੀ ਪੀਂਦਾ ਪੀਲੇ, ਮੇਰੇ ਵੇਖਣ ਚਾਹ 6 ਰੁਪਏ ਕਿਲੋ ਸੀ। ਅੱਛਾ, 6 ਰੁਪਏ ਕਿਲੋ ਚਾਹ ਜਿਹੜੀ ਹੁਣ ਮੇਰਾ ਖਿਆਲ, ਹਾਂ 6 ਰੁਪਏ ਕਿਲੋ, ਕੋਈ ਪੁੱਛਦਾ ਨਹੀਂ ਸੀ ਕੋਈ, ਹਾਂ ਕਿਉਂਕਿ ਚਾਹ ਤਾਂ ਪੀਂਦਾ ਨਹੀਂ ਸੀ। ਹੋਰ ਕੀ ਬਦਲਾਅ ਵੇਖਿਆ ਤੁਸੀਂ? ਹੋਰ ਬਦਲਾਅ ਇਹ ਵੇਖਿਆ ਵੀ ਮਤਲਬ
बदलाव हो गया भी दुद्ध घ्यो है ही नहीं गा इतों पंजाब जिन्ना काम है नहीं जमें हूँ जमी हाँ आप जमें पहला इन्ना काम कर रही हो कर रही बदलाव फर्क पै गया बाकी होर आ फैशन फूशन जो बाले चल पे मैरिज पैलस है जोड़े ये चल पे बाले अगे तो कोई अगर मंजे बिस्तर आम कट्ठे करते होंगे जी लोग यानी ब्याह बूझने होंगे जी और पासा सारे घर वाले आके बेचारे उनका ब्याह करते हैं हूँ सारा किन्ना किन्ना खर्चा होंगे मैरिज पैलस किन्ना खर्चा होंगे मैरिज पैलस जे बल चल पे ये बाले चल पे पंजाब ये बाले बन गए ये फर्क पै गया। अच्छा बापू जी जाते जाते कुछ होर सुना चाहोगे कोई चीज़ जी याद है तुहानू दर्शकों याद हूँ थोड़ा मैं दादा जड़िया अपने देश दियाँ मतलब मिलटरी दौनिया मिलटरी दियाँ बड़िया बड़िया छाउनिया उन्होंने मैं सू दस दस देना जे थो जो कोई प्रधानमंत्री भी दस दो तो मैंने कभी प्रधानमंत्री नहीं दस सकता। अच्छा हाँ ठीक है बठिंडा सिटीज आर्मी कैंट ऑफ पंजाब स्टेट इन इंडिया जलंधर सिटीज आर्मी कैंट ऑफ पंजाब स्टेट इन इंडिया पठानकोट सिटीज आर्मी कैंट ऑफ पंजाब स्टेट इन इंडिया फिरोजपुर सिटीज आर्मी कैंट ऑफ पंजाब स्टेट इन इंडिया पटियाला सिटीज आर्मी कैंट ऑफ पंजाब स्टेट इन इंडिया ये पंजाब दियाँ छावनिया बड़िया बड़िया जी। अंबाला सिटीज आर्मी कैंट ऑफ हरियाणा स्टेट इन इंडिया मेरठ सिटीज आर्मी कैंट ऑफ यूपी स्टेट इन इंडिया रुड़की सिटीज आर्मी कैंट ऑफ यूपी स्टेट इन इंडिया कानपुर सिटीज आर्मी कैंट ऑफ यूपी स्टेट इन इंडिया अलाहाबाद सिटीज आर्मी कैंट ऑफ यूपी स्टेट इन इंडिया रामगढ़ रांची सिटीज आर्मी कैंट ऑफ बिहार स्टेट इन इंडिया बागडोगरा सिटीज आर्मी कैंट ऑफ वेस्ट बंगाल स्टेट इन इंडिया डिस्ट्रिक्ट सिलीगुड़ी हसीमारा सिटीज आर्मी कैंट ऑफ वेस्ट बंगाल स्टेट इन इंडिया डिस्ट्रिक्ट सिलीगुड़ी पानागढ़ सिटी इज आर्मी कैंट ऑफ वेस्ट बंगाल स्टेट इन इंडिया डिस्ट्रिक्ट बर्धमान एंड कराईकुंडा सिटी इज आर्मी कैंट ऑफ वेस्ट बंगाल स्टेट इन इंडिया डिस्ट्रिक्ट मेदनीपुर ये पश्चिमी बंगाल सूबे फौजी छाउनियाँ जबलपुर सिटीज आर्मी कैंट ऑफ एमपी स्टेट इन इंडिया पूना सिटीज आर्मी कैंट ऑफ महाराष्ट्र स्टेट इन इंडिया। अच्छा नासिक सिटी इज आर्मी कैंट ऑफ महाराष्ट्र स्टेट इन इंडिया अहमदनगर सिटी इज आर्मी कैंट ऑफ एमपी स्टेट इन इंडिया जैसलमेर सिटी इज आर्मी कैंट ऑफ राजस्थान स्टेट इन इंडिया भरतपुर सिटी इज आर्मी कैंट ऑफ राजस्थान स्टेट इन इंडिया एंड नसीराबाद सिटी इज आर्मी कैंट ऑफ राजस्थान स्टेट इन इंडिया प्रधानमंत्री दस प्रधानमंत्री मैं सारे जन दस दस नहीं सकते बहुत वधिया लग्या बापू जी तुहाडे नाल मिल के कोई सुनेहा कोई मैसेज देना चाहुंदे हो जिहड़े लोग तुहानू देख रहे ने किवें तंदुरुस्त रखना अपने आप नू अजकल तां गल्लां ही तंदुरुस्ती दियां हो रहियां ने करोना करके ओ भाई तंदुरुस्त पंजाब नू इह तां ही रखा जा सकदा है जिहड़े हिसाब नाल सन 65-66 दे विच लोक इत्थे वधदे सी ना ये उस हिसाब ना तरीके ना होंगे इतने लोग पंजाब उस हिसाब ना फिर ये पंजाब के लोग कामयाब हो सकते हैं नहीं तो फिर खुदकशियां करनगे या काम अगला चली जाऊंगे क्योंकि यह नशा खान करके लोग मतलब खर्चा बड़ा हो गया इन्हों का कम करते नहीं गए तो फिर कर्जे चढ़ जाते हैं तो फिर कम सारे छड़ गए जमा ठीक है नहीं तो नशे च पै गए तो खुराक छड़ गए सारी तो डाउन हो गया पंजाब जिमें सन 64-65 पंजाब सीगा 65 दे विच उस हिसाब ना जो सारे लोग आने ना उस हिसाब ना फिर लोग कामयाब होने गए आ जी है नशा क्योंकि नशा बड़ा बढ़ चुका है पंजाब हरेक घर तुम जाके देख लो हरेक घर का बंदा है जीव जो शराब पींदा है हरेक घर का पंजाब का डोडे पींदा है हरेक घर का बीड़ी चल बीड़ियाँ सट्टा सारे दूजे पींदे पींदे सारी है नी तो होर सारे जो नशे बड़े बड़े भयानक नशे जे चिट्टे चुट्टे भी पींदे है ये पंजाब के सारे सारे पंजाब के बिखो पिंड जाके भावें घर घर जाके देख लो सारे नशे वरते हैं 80% लोग नशे वरते पंजाब के ताइए पंजाब डाउन हो गया कम छड़ गया नशे च वाले पै गया। सो बिल्कुल जिस पंजाब नू
खुराक करके जाने जाता सी, जिस पंजाब नू सेहता करके जाने जाता सी, जिस पंजाब नू मेहनती कौम दे करके जाने जाता सी। उस पंजाब दे बजुर्ग दर्द तो रखते ने कि साडा पंजाब बदल गया है, बदलिया ही नहीं बल्कि कह सकते हैं कि कुछ मामलों के गर्क भी गया है। सो उम्मीद करते हैं कि बापू नार सिंह होनी जिन्होंने कि गूगल बाबे के नाँ नाल जाने जाता, उन्हां दीआं गल्लां बातां तुहानूं जरूर पसंद आईआं होणगीआं। इदां ही बने रहो प्राइम एशिया टीवी दे नाल।